ਨਵੇਂ ਸ਼ਹਿਰ ਵਿੱਚ ਸਿਟੀ ਬੱਸਾਂ ਚੱਲਣ ਦਾ ਮਾਮਲਾ ਹੈ ਜੀ ਵਿਚਵਿਚਾਲੇ ਲਟਕਿਆ ਹੋਇਆ ਨਿਗਮ ਅਤੇ ਕੰਪਨੀ ਵਿੱਚ ਲਗਾਤਾਰ ਖਿੱਚੋਤਾਨ ਜਾਰੀ ਹੈ ਸਾਲ 2009 ਦੇ ਵਿੱਚ 65.2 ਕਰੋੜ ਦੀ ਲਾਗਤ ਨਾਲ 120 ਬੱਸਾਂ ਖਰੀਦੀਆਂ ਗਈਆਂ ਬੱਸਾਂ ਦਾ ਪਰਿਚਾਲਨ ਕਰ ਰਹੀ ਜਿਹੜੀ ਕੰਪਨੀ ਹੈ ਅਤੇ ਨਿਗਮ ਦੇ ਵਿੱਚ ਸਮਝੌਤੇ ਨੂੰ ਲੈ ਕੇ ਇੱਕ ਦੂਜੇ ਦੇ ਦੋਸ਼ ਲਗਾਏ ਜਾ ਰਹੇ ਨੇ ਕੰਪਨੀ ਦਾ ਦਾਅਵਾ ਹੈ 9 ਸਾਲ ਜਾਂ 5 ਲੱਖ ਕਿਲੋਮੀਟਰ ਬੱਸਾਂ ਚਲਾਉਣ ਦਾ ਸਮਝੌਤਾ ਹੋਇਆ ਲੇਕਿਨ ਬੱਸਾਂ ਅਜੇ 2.5 ਲੱਖ ਕਿਲੋਮੀਟਰ ਹੀ ਚੱਲੀਆਂ ਨੇ ਇਸ ਕਾਰਨ ਬੱਸਾਂ ਦਾ ਜਿਹੜਾ ਪਰਿਚਾਲਨ ਲਗਾਤਾਰ ਜਾਰੀ ਰਹੇਗਾ ਉੱਥੇ ਹੀ ਨਿਗਮ ਦੇ ਜਿਹੜੇ ਬੋਰਡ ਆਫ ਡਾਇਰੈਕਟਰਸ ਦੀ ਵੱਲੋਂ ਹੈ ਬੀਤੇ ਸ਼ਾਮ ਤੱਕ ਬੱਸ ਕੰਪਨੀ ਦੇ ਦਾਅਵੇ ਤੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਐਡੀਸ਼ਨਲ ਕਮਿਸ਼ਨਰ ਪਰਮਦੀਪ ਸਿੰਘ ਦਾ ਜਿਹੜਾ ਇਸ ਮਾਮਲੇ ਦੇ ਵਿੱਚ ਕਹਿਣਾ ਹੈ ਸਿਟੀ ਬੱਸਾਂ ਦਾ ਪਰਿਚਾਲਨ ਕਰ ਰਹੀ ਕੰਪਨੀ ਨੇ ਇੱਕ ਨੋਟਿਸ ਭੇਜਿਆ ਹੈ ਕੰਪਨੀ ਦੇ ਨਾਲ ਸਮਝੌਤੇ ਵਿੱਚ ਲਿਖਿਆ ਗਿਆ ਕੰਪਨੀ ਬੱਸਾਂ ਨੂੰ 9 ਸਾਲ ਜਾਂ ਫਿਰ 5 ਲੱਖ ਕਿਲੋਮੀਟਰ ਜੋ ਕਿ ਸਭ ਤੋਂ ਜ਼ਿਆਦਾ ਪੁਰਾਣਾ ਹੋਵੇਗਾ ਉਹ ਮਾਨਯ ਹੋਵੇਗਾ ਅਤੇ ਇਸ ਸਮੇਂ ਸਿਟੀ ਬੱਸਾਂ ਨੂੰ 9 ਸਾਲ ਤਾਂ ਹੋ ਚੁੱਕੇ ਨੇ ਲੇਕਿਨ 2.5 ਲੱਖ ਹੀ ਚੱਲੀਆਂ ਨੇ ਇਸ ਕਾਰਨ ਇਸ ਮਾਮਲੇ ਦੇ ਵਿੱਚ ਅਧਿਕਾਰੀ ਰਿਵਿਊ ਕਰਨਗੇ ਦੱਸਦੇ ਕਿ ਅਧਿਕਾਰੀਆਂ ਦੇ ਮੁਤਾਬਕ ਸਿਟੀ ਬੱਸਾਂ ਨੂੰ ਬੰਦ ਨਹੀਂ ਹੋਣ ਦਿੱਤਾ ਜਾਵੇਗਾ ਲੇਕਿਨ ਇਹਨਾਂ ਬੱਸਾਂ ਨੂੰ ਅਜੇ ਕਿਹੜੀ ਕੰਪਨੀ ਚਲਾਵੇਗੀ ਇਸ ਬਾਰੇ ਕੁਝ ਵੀ ਨਹੀਂ ਪਤਾ ਹੈ ਫਿਲਹਾਲ ਅਜੇ ਕੁੱਲ 87 ਬੱਸਾਂ ਦਾ ਪਰਿਚਾਲਨ ਕੀਤਾ ਜਾ ਰਿਹਾ ਹੈ ਨਗਰ ਨਿਗਮ ਅਧਿਕਾਰੀਆਂ ਦੇ ਮੁਤਾਬਕ ਇਹ ਜਿਹੜੀਆਂ ਕੰਪਨੀ ਨੇ ਬੀਤੇ 5 ਸਾਲਾਂ ਤੋਂ ਉਹਨਾਂ ਨੂੰ ਹੈ ਜਿਹੜਾ ਉਹਨਾਂ ਨੂੰ ਕੋਈ ਵੀ ਪੈਸਾ ਨਹੀਂ ਦਿੱਤਾ ਹੈ ਜਿਸ ਕਾਰਨ ਹੁਣ ਇਹ ਰਕਮ ਕੁੱਲ 5 ਕਰੋੜ ਬਣ ਗਈ ਹੈ ਉੱਧਰ ਕੰਪਨੀ ਦੇ ਅਧਿਕਾਰੀਆਂ ਮੁਤਾਬਕ ਜਦ ਟੈਂਡਰ ਲਿਆ ਸੀ ਤਾਂ ਉਸ ਸਮੇਂ ਡੀਜ਼ਲ 48 ਰੁਪਏ ਪ੍ਰਤੀ ਲੀਟਰ ਸੀ ਲੇਕਿਨ ਅੱਜ 80 ਰੁਪਏ ਤੋਂ ਵੀ ਜ਼ਿਆਦਾ ਹੋ ਗਿਆ ਇਸ ਦੌਰਾਨ ਸਿਰਫ ਇੱਕ ਵਾਰ ਕਿਰਾਇਆ ਵਧਾਇਆ ਗਿਆ ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਕੰਪਨੀ ਦੇ ਅਧਿਕਾਰੀ ਨਿਗਮ ਤੋਂ 5 ਕਰੋੜ ਦੀ ਮੰਗ ਕਰ ਰਹੇ ਨੇ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਵਿਵੇਕ ਲੁਧਿਆਣਾ ਨਾਲ